ਅਸੀਂ ਦਿੱਲੀਓਂ ਆਏ ਹਾਂ ਜੀ। ਸਾਡੇ ਗਰੁੱਪ ਦਾ ਨਾਮ ਹੈਗਾ ਟਰਬਨੇਟਰਸ ਦਾ ਪੈਡਲਰਸ, ਸਾਈਕਲਿੰਗ ਗਰੁੱਪ ਹੈਗਾ ਡੇਲੀ ਬੇਸ ਸਾਈਕਲ ਗਰੁੱਪਸ। ਅਤੇ ਅਸੀਂ 2016 ਦੇ ਵਿੱਚ ਇਹ ਗਰੁੱਪ ਨੂੰ ਫਾਰਮ ਕੀਤਾ ਸੀਗਾ, ਅਤੇ ਉਹਦਾ ਮੇਨ ਮਕਸਦ ਜਿਹੜਾ ਸੀਗਾ ਜਿਹੜਾ ਹੈਗਾ ਆਪਣੀ ਸਿਹਤ ਔਰ ਸਰੂਪ ਦੀ ਸੰਭਾਲ ਵਾਸਤੇ, ਕਿ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਨਵੀਂ ਪਨੀਰੀ ਹੈਗੀ ਉਹ ਮੋਟਰਸਾਈਕਲਾਂ ਦੇ ਉੱਤੇ ਜਾਂ ਹੋਰ ਕਿਸੇ ਚੀਜ਼ ਦੇ ਉੱਤੇ ਆਪਣਾ ਟਾਈਮ ਜਿਹੜਾ ਖਰਾਬ ਕਰਦੇ ਹੈਗੇ, ਅਤੇ ਸਾਡਾ ਮਤਲਬ ਹੈਗਾ ਵੀ ਅਸੀਂ ਸਿਹਤ ਨੂੰ ਸੰਭਾਲੀਏ, ਅਤੇ ਉਹਦੇ ਵਾਸਤੇ ਸਾਈਕਲ ਜਿਹੜਾ ਸਭ ਤੋਂ ਵਧੀਆ ਸੁਨੇਹਾ ਦੇ ਸਕਦੀ ਹੈ ਇਨਵਾਇਰਮੈਂਟ ਵਾਸਤੇ, ਗ੍ਰੀਨ ਇਨਵਾਇਰਮੈਂਟ ਵਾਸਤੇ। ਟਰਬਨੇਟਰਸ ਦਾ ਨਾਮ ਜਿਹੜਾ ਪਿਆ ਜੀ, ਇੱਕ ਮੈਂ ਇੱਕ ਈਵੈਂਟ ਦੇ ਵਿੱਚ ਗਿਆ ਸੀਗਾ, ਅਤੇ ਉਹਦੇ ਵਿੱਚ ਮੈਨੂੰ ਦਸਤਾਰ ਦੀ ਵਜ੍ਹਾ ਕਰਕੇ ਰੋਕ ਦਿੱਤਾ ਗਿਆ ਸੀ ਕਿ ਵੀ ਤੁਸੀਂ ਦਸਤਾਰ ਸਣੇ ਦਸਤਾਰ ਜਿਹੜਾ ਹੈ ਇਸ ਈਵੈਂਟ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦੇ। ਅਤੇ ਉਸ ਈਵੈਂਟ ਦੀ ਵਜ੍ਹਾ ਕਰਕੇ ਜਿਹੜਾ ਕਿ ਫਿਰ ਮੈਂ ਆਪਣੇ ਸੋਚਿਆ ਕਿ ਆਪਣੀ ਪਨੀਰੀ ਜਿਹੜੀ ਆਪਣੇ ਬੱਚੇ ਆਪਣੇ ਬੱਚਿਆਂ ਨੂੰ ਸਿੱਖ ਬੱਚਿਆਂ ਨੂੰ ਪਲੇਟਫਾਰਮ ਦੇਈਏ। ਟਰਬਨੇਟਰਸ ਦਾ ਪਲੇਟਫਾਰਮ ਪੈਡਲਰਸ ਜਿਹੜਾ ਹੈਗਾ ਇੱਕ ਉਹਨਾਂ ਵਾਸਤੇ ਪਲੇਟਫਾਰਮ ਹੈਗਾ ਜਿੱਥੇ ਉਹ ਆਪਣੀ ਰੀਝਾਂ ਲਾ ਸਕਦੇ ਆ, ਉਹ ਸਣੇ ਦਸਤਾਰ ਸਾਈਕਲਾਂ ਚਲਾ ਸਕਦੇ ਆ। ਅਤੇ ਮੈਂ ਇੱਕ ਤਾਂ ਸਿੱਖੀ ਦਾ ਸੰਦੇਸ਼ ਦੇਣਾ ਆ, ਤਾਂ ਇੱਕ ਇੰਸਪਾਇਰ ਕਰਨਾ ਹੈ ਕਿ ਜੋ ਕਿ ਕੁਛ ਜਿਵੇਂ ਪਹਿਲੇ ਮੈਂ ਚੀਜ਼ ਇੱਦਾਂ ਸੀਗਾ ਕਿ ਮੇਰਾ ਵੇਟ ਜ਼ਿਆਦਾ, ਮੈਂ ਸਾਈਕਲ ਨਹੀਂ ਰਾਈਡ ਕਰ ਸਕਦਾ ਹੈਗਾ, ਜਾਂ ਪੂਰੀ ਵੀਰ ਜੀ ਨੇ ਮਿਲਿਆ ਉਹਨਾਂ ਕਿਹਾ ਤੁਸੀਂ ਸਟਾਰਟ 'ਤੇ ਕਰੋ, ਸਟਾਰਟ ਕੀਤਾ ਅਤੇ ਅੱਜ ਦੇਖ ਲਓ ਦਿੱਲੀ ਤੋਂ ਆ ਕੇ ਪੂਰੀ ਰਾਈਡ ਕਰਦੇ ਪਏ ਹਾਂ। ਅਤੇ ਆਪਣਾ ਹੋਰ ਲੋਕਾਂ ਨੂੰ ਇੰਸਪਾਇਰ ਕਰਨ, ਜੋ ਕਿ ਡਰਦੇ ਨੇ ਕਿ ਆਪਾਂ ਸਾਈਕਲ ਰਾਈਡ ਨਹੀਂ ਕਰ ਸਕਦੇ, ਸਟਾਰਟ ਲਵੋ, ਅੱਗੇ ਵਧੋ, ਵਧੀ ਜਾਓਗੇ ਅੱਗੇ। ਜੀ, ਸਾਈਕਲ ਤਾਂ ਇੱਕ ਬਹੁਤ ਵਧੀਆ ਮੀਡੀਅਮ ਹੈ ਟੂ ਫਿੱਟ ਰਹਿਣ ਲਈ, ਅਤੇ ਅੱਜ ਕੱਲ੍ਹ ਦਾ ਮਸ਼ੀਨੀ ਯੁੱਗ ਹੋ ਰਿਹਾ, ਜਿੰਨਾ ਜਿੰਨਾ ਡੈਕਸ ਜੋਬ ਆ ਰਹੀ ਹੈ, ਅਤੇ ਇੱਕ ਸਾਨੂੰ ਇੱਕ ਐਕਟੀਵਿਟੀ ਚਾਹੀਦੀ ਸੀ ਫਿਜ਼ੀਕਲੀ ਫਿੱਟ ਹੋਣ ਲਈ, ਅਤੇ ਸਾਈਕਲਿੰਗ ਚੂਜ਼ ਕੀਤੀ ਹੈ ਅਤੇ ਸਾਈਕਲਿੰਗ ਤੋਂ ਐਕਸੈਲ ਕਰ ਰਹੇ ਹਾਂ ਜੀ। ਅਗਰ ਰੱਖੇ ਹੋਏ ਨੇ ਪਰ ਫੋਟੋ ਖਿਚਾ ਕੇ ਆਪਾਂ ਕੰਨ 'ਤੇ ਲਾ ਦਿੰਦੇ ਹਾਂ, ਤੁਸੀਂ ਐਡੀ ਦੂਰੋਂ ਚੱਲ ਕੇ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਲੋਕਾਂ ਨੂੰ ਨਾ ਅਹਿਮੀਅਤ ਸਮਝਣੀ ਚਾਹੀਦੀ ਹੈ ਸਾਈਕਲ ਦੀ ਅਹਿਮੀਅਤ ਕੀ ਹੈ। ਦੇਖੋ, ਹਰ ਚੀਜ਼ ਹੈਗੀ ਹੈ ਸਾਈਕਲ ਨਾਲ, ਨਾ ਤੁਹਾਡੀ ਸਿਹਤ ਵੀ ਬਣਦੀ ਆ, ਤੁਹਾਡਾ ਟਾਈਮ ਵੀ ਬਚਦਾ, ਇਨਵਾਇਰਮੈਂਟ ਸਹੀ ਹੁੰਦੀ ਆ, ਅਤੇ ਬੜੇ ਸਾਰੇ ਫਾਇਦੇ ਨੇ ਸਾਈਕਲ ਦੇ, ਹੈ ਨਾ? ਅਤੇ ਇਸ ਕਰਕੇ ਆਪਾਂ ਨੂੰ ਸਾਈਕਲ ਅਡੋਪਟ ਕਰ ਲੈਣੀ ਚਾਹੀਦੀ ਹੈ, ਸਾਈਕਲ ਐਜ਼ ਅ ਵੇ ਆਫ ਲਾਈਫ ਅਡੋਪਟ ਕਰ ਲੈਣੀ ਚਾਹੀਦੀ ਸਾਰਿਆਂ ਨੂੰ, ਨੌਜਵਾਨਾਂ ਨੂੰ ਵੀ ਸਪੈਸ਼ਲੀ। ਦੇਸ਼ਾਂ ਦੇ ਵਿਦੇਸ਼ਾਂ ਵਿੱਚ ਲੁਧਿਆਣਾ ਲਾਈਵ ਵੇਖ ਰਹੇ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਮਿੱਠੂ ਨਵਦੀਪ ਸਿੰਘ। ਅੱਜ ਤੁਹਾਨੂੰ ਗੱਲਬਾਤ ਕਰਾਂਗੇ ਸਾਈਕਲ ਚਲਾ ਕੇ ਬਜ਼ੁਰਗ ਇੱਥੇ ਆਏ ਨੇ, ਵਿੱਚ ਨੌਜਵਾਨ ਵੀ ਮੌਜੂਦ ਨੇ ਪਰ ਜ਼ਿਆਦਾ ਬਜ਼ੁਰਗ ਨੇ, ਆਪਾਂ ਗੱਲਬਾਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਤੁਸੀਂ ਮਤਲਬ ਕਿੱਥੋਂ ਆਏ ਹੋ ਚੱਲ ਕੇ? ਅਸੀਂ ਦਿੱਲੀਓਂ ਆਏ ਹਾਂ ਜੀ। ਸਾਡੇ ਗਰੁੱਪ ਦਾ ਨਾਮ ਹੈਗਾ ਟਰਬਨੇਟਰਸ ਦਾ ਪੈਡਲਰਸ, ਸਾਈਕਲਿੰਗ ਗਰੁੱਪ ਹੈਗਾ ਡੇਲੀ ਬੇਸ ਸਾਈਕਲ ਗਰੁੱਪਸ। ਅਤੇ ਅਸੀਂ 2016 ਦੇ ਵਿੱਚ ਇਹ ਗਰੁੱਪ ਨੂੰ ਫਾਰਮ ਕੀਤਾ ਸੀਗਾ, ਅਤੇ ਉਹਦਾ ਮੇਨ ਮਕਸਦ ਜਿਹੜਾ ਸੀਗਾ ਜਿਹੜਾ ਹੈਗਾ ਆਪਣੀ ਸਿਹਤ ਔਰ ਸਰੂਪ ਦੀ ਸੰਭਾਲ ਵਾਸਤੇ, ਕਿ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਨਵੀਂ ਪਨੀਰੀ ਹੈਗੀ ਉਹ ਮੋਟਰਸਾਈਕਲਾਂ ਦੇ ਉੱਤੇ ਜਾਂ ਹੋਰ ਕਿਸੇ ਚੀਜ਼ ਦੇ ਉੱਤੇ ਆਪਣਾ ਟਾਈਮ ਜਿਹੜਾ ਖਰਾਬ ਕਰਦੇ ਹੈਗੇ, ਅਤੇ ਸਾਡਾ ਮਤਲਬ ਹੈਗਾ ਵੀ ਅਸੀਂ ਸਿਹਤ ਨੂੰ ਸੰਭਾਲੀਏ, ਅਤੇ ਉਹਦੇ ਵਾਸਤੇ ਸਾਈਕਲ ਜਿਹੜਾ ਸਭ ਤੋਂ ਵਧੀਆ ਸੁਨੇਹਾ ਦੇ ਸਕਦੀ ਹੈ ਇਨਵਾਇਰਮੈਂਟ ਵਾਸਤੇ, ਗ੍ਰੀਨ ਇਨਵਾਇਰਮੈਂਟ ਵਾਸਤੇ। ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਵੀ ਸਾਈਕਲ 'ਤੇ ਜਾ ਸਕਦੇ ਹੋ, ਸਾਰਾ ਬਹੁਤ ਕੁਛ ਹੈ ਸਾਈਕਲ ਦੇ ਨਾਲ ਜੁੜਿਆ ਹੋਇਆ ਔਰ ਸਿੱਧਾ ਸਿੱਧਾ ਵਾਤਾਵਰਣ ਦੇ ਨਾਲ ਹੀ ਜੁੜਿਆ ਹੋਇਆ। ਟਰਬਨੇਟਰ ਸਰ ਨਾਂ ਕਿਵੇਂ ਪਿਆ? ਟਰਬਨੇਟਰਸ ਦਾ ਨਾਮ ਜਿਹੜਾ ਪਿਆ ਜੀ, ਇੱਕ ਮੈਂ ਇੱਕ ਈਵੈਂਟ ਦੇ ਵਿੱਚ ਗਿਆ ਸੀਗਾ, ਅਤੇ ਉਹਦੇ ਵਿੱਚ ਮੈਨੂੰ ਦਸਤਾਰ ਦੀ ਵਜ੍ਹਾ ਕਰਕੇ ਰੋਕ ਦਿੱਤਾ ਗਿਆ ਸੀ ਕਿ ਵੀ ਤੁਸੀਂ ਦਸਤਾਰ ਸਣੇ ਦਸਤਾਰ ਜਿਹੜਾ ਹੈ ਇਸ ਈਵੈਂਟ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦੇ। ਅਤੇ ਉਸ ਈਵੈਂਟ ਦੀ ਵਜ੍ਹਾ ਕਰਕੇ ਜਿਹੜਾ ਕਿ ਫਿਰ ਮੈਂ ਆਪਣੇ ਸੋਚਿਆ ਕਿ ਆਪਣੀ ਪਨੀਰੀ ਜਿਹੜੀ ਆਪਣੇ ਬੱਚੇ ਆਪਣੇ ਬੱਚਿਆਂ ਨੂੰ ਸਿੱਖ ਬੱਚਿਆਂ ਨੂੰ ਪਲੇਟਫਾਰਮ ਦੇਈਏ, ਕਿ ਜਿਹੜੇ ਉਸ ਦਸਤਾਰ 'ਚ ਜਾ ਕੇ 500 ਕਿਲੋਮੀਟਰ ਜਾਂ 700 ਕਿਲੋਮੀਟਰ ਦੀ 1000 ਕਿਲੋਮੀਟਰ ਦੀ ਜਿਹੜੀ ਰਾਈਡ ਹੈ ਈਵੈਂਟ ਹੈ ਉਹਦੇ ਵਿੱਚ ਪਾਰਟੀਸਪੇਟ ਕਰ ਸਕਣ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਈਵੈਂਟ ਕੰਪਨੀਆਂ ਹੁੰਦੀਆਂ ਉਹ ਕਹਿੰਦੀਆਂ ਵੀ ਹੈਲਮਟ ਪਾਓ, ਅਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਜਾਂ ਉੱਦਾਂ ਸਿੱਖਿਅਤ ਰੂਪ ਦੇ ਨੂੰ ਸੰਭਾਲ ਕਰਦੇ ਆ ਉਹ ਹੈਲਮਟ ਨਹੀਂ ਪਾਉਣਾ ਚਾਹੁੰਦੇ, ਤਾਂ ਉਹਨਾਂ ਵਾਸਤੇ ਕੋਈ ਪਲੇਟਫਾਰਮ ਨਹੀਂ ਹੈਗਾ। ਅਤੇ ਟਰਬਨੇਟਰਸ ਦਾ ਪਲੇਟਫਾਰਮ ਪੈਡਲਰਸ ਜਿਹੜਾ ਹੈਗਾ ਇੱਕ ਉਹਨਾਂ ਵਾਸਤੇ ਪਲੇਟਫਾਰਮ ਹੈਗਾ ਜਿੱਥੇ ਉਹ ਆਪਣੀ ਰੀਝਾਂ ਲਾ ਸਕਦੇ ਆ, ਉਹ ਸਣੇ ਦਸਤਾਰ ਸਾਈਕਲਾਂ ਚਲਾ ਸਕਦੇ ਆ। ਅੱਜ ਤੁਹਾਡੇ ਸਾਹਮਣੇ ਹੈ ਕਿ ਦੇਖੋ, ਤੁਸੀਂ ਕੈਮਰਾ ਘੁਮਾ ਕੇ ਦੇਖੋ, ਦਸਤਾਰਾਂ ਦੀ ਸਾਰੇ ਸਾਈਕਲਾਂ ਚਲਾ ਕੇ ਆਏ, ਦਿੱਲੀ ਉਹ ਚਲਾ ਕੇ ਆਏ ਹੈ ਜੀ। ਤੁਹਾਡੀ ਏਜ਼ ਕਿੰਨੀ ਹੈ? ਮੇਰੀ 56 ਸਾਲ ਦੀ ਹੈ ਜੀ। ਅੱਛਾ, ਤੁਸੀਂ ਰਸਤੇ 'ਚ ਕਿੰਨੀਆਂ ਕੁ ਤੁਹਾਨੂੰ ਮੁਸ਼ਕਲ ਆਈਆਂ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ, ਕਦੀ ਕੋਈ ਗਿਰ ਗਿਆ ਜਾਂ ਕਦੀ ਕੋਈ ਗੱਲਬਾਤ ਹੋ ਗਈ ਜਾਂ ਕੋਈ ਪਿੱਛੇ ਰਹਿ ਗਿਆ, ਅਤੇ ਉਹ ਤਾਂ ਹੁੰਦਾ ਹੀ ਰਹਿੰਦਾ ਜੀ ਸਮੇਂ ਦੇ ਹਿਸਾਬ ਨਾਲ। ਬਹੁਤਾ ਕੋਈ ਐਸਾ ਕੁਛ ਨਹੀਂ ਹੋਇਆ, ਗੁਰੂ ਮਹਾਰਾਜ ਨੇ ਜਿੱਥੇ ਵੀ ਹੈ ਕਿ ਕਿਰਪਾ ਕੀਤੀ ਔਰ ਰਾਈਡ ਬਹੁਤ ਅੰਗ ਸੰਗ ਸਹਾਈ ਹੋ ਕੇ ਮਹਾਰਾਜ ਨੇ ਰਾਈਡ ਸੰਪੂਰਨ ਕਰਾ ਰਹੇ ਆ। ਹਾਂਜੀ, ਚਲੋ, ਬਾਕੀਆਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ, ਸਾਡੇ ਨਾਲ ਮੌਜੂਦ ਨੇ ਨੌਜਵਾਨ ਮੌਜੂਦ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ? ਬਹੁਤ ਵਧੀਆ ਬਾਈ ਜੀ। ਕਿੰਨੀ ਏਜ਼ ਹੈ ਤੁਹਾਡੀ? ਮੇਰੀ 25 ਸਾਲ। ਅੱਛਾ, ਕਿੱਥੋਂ ਤੁਸੀਂ ਚੱਲ ਕੇ ਆਏ ਹੋ? ਅਸੀਂ ਦਿੱਲੀ ਤੋਂ ਚੱਲ ਕੇ ਆਏ ਸੀਗੇ, ਅਤੇ ਪਹਿਲਾ ਪੜਾਅ ਸਾਡਾ ਸੀਗਾ ਅੰਬਾਲਾ, ਅਤੇ ਦੂਜਾ ਸਾਡਾ ਸੀਗਾ ਲੁਧਿਆਣੇ, ਅਤੇ ਉਸ ਤੋਂ ਬਾਅਦ ਅਸੀਂ ਚੱਲੇ ਸੀਗੇ ਮੁਕਤਸਰ ਸਾਹਿਬ, ਅਤੇ ਅੱਜ ਫਿਰ ਅਸੀਂ ਵਾਪਸੀ ਲੁਧਿਆਣੇ ਆਏ ਨੇ। ਹਾਂਜੀ, ਅੱਗੇ ਵੀ ਆਪਾਂ ਗੱਲਬਾਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਅੰਮ੍ਰਿਤਪਾਲ ਸਿੰਘ ਨਾਮ ਹੈ। ਅਤੇ ਵੀਰ ਜੀ, ਮੈਂ ਦਿੱਲੀ ਤੋਂ ਆਇਆ ਰਾਈਡ ਕਰਕੇ, ਅਤੇ ਜਿਵੇਂ ਤੁਸੀਂ ਦੇਖ ਸਕਦੇ ਮੇਰਾ ਰੇਟ ਥੋੜ੍ਹਾ ਜ਼ਿਆਦਾ
तो मैं एक तो सिखी का संदेश देना आया तो एक इंस्पायर करना आया कि जो कि कुछ जिमें पहले मैं चाहता कि मेरा वेट ज़्यादा मैं सैकल नहीं राइड कर सकता है मैं पूरी विजन मिले उन्हें कहा स्टार्ट तो करो स्टार्ट किया अच्छ देख लो दिल्ली तो आके पूरी राइड करते पे हैं तो अपना होर लोगों ने इंस्पायर जो कि डरते हैं कि आप सैकल राइड नहीं कर सकते स्टार्ट लवो अगे वधो वधी जाओगे अगे तुहाडी एज किन्नी है जी 41 ईयर अच्छा अज्जकल सैकल भुलदे जा रहे हैं लोग इन्नी मतलब एज तुहाडी हो चुकी है फिर भी तुसीं की कहना चाहुंदे हो नहीं जी साइकिल तो एक बहुत वधिया मीडियम है टू फिट रहने लई ते अज्जकल दा मशीनी युग हो रहा है जिन्ना जिन्ना डेस्क जॉब आ रही है तो एक सानू एक एक्टिविटी चाहिए सी फिजिकली फिट होने लई ते साइकिलिंग चूज़ की है तो साइकिलिंग तो एक्सेल कर रहे हैं नहीं छोटी मोटी दिक्कत आती रही पर चीज़ा अवॉइड किए जाते साडे नाल सपोर्ट स्टाफ इन्ना चलता है कि सानू फील नहीं होने देंगे थैंक यू जी इतने होर परसन मौजूद ने गलबात करेंगे वाहेगुरू जी का खालसा वाहेगुरू जी की फतेह मेरा नाम जी संदीप सिंह है तो असी दिल्ली आए हैं राइड पर अमृतसर जाना सी बट मुकतसर साहब तो वापस आके हूँ लुधियाने आए हैं अच्छा भाई मैं ये कहना चाहना जिमें अजकल का नौजवान सैकल में भुलता जा रहा जिमें अजकल लोगों ने सैकल रखे हुए हैं पर फोटो खिचा के आप कंधे ला दें तुम एड्डी दूरों चल के आए हो की कहना चाहते हो पहला तो लोगों ना अहमियत समझनी चाहिए सैकल की अहमियत की है देखो हर चीज़ हैगी है सैकल ना तो सेहत भी बनती है थोड़ा टाइम भी बचता एनवायरमेंट सही होंगी है तो बड़े सारे फायदे ने सैकल के है ना तो इस करके अपन सैकल अडोप्ट कर लेनी चाहिए है सैकल इज़ अ वे ऑफ लाइफ अडोप्ट कर लेनी चाहिए सारे नौजवानों भी स्पैशली सर तुम अज आए हो सैकल चला के बड़ी दूरों की कहना चाहते हो साडे लिए जी बहुत वधिया चीज़ है आप रोज़ राइड करी दी है जी सारा श्रेय जगदीप सिंह पुरी जी जाता है जी उन्होंने सानू इस राह पर पाया तो आप शुक्रगुजार हाँ रब दे सब तो पहला तो दूजे पुरी वीर जी दे जी जिन्होंने इस राह पर पाया सानू ਸਾਡੇ ਨਾਲ ਬਜ਼ੁਰਗ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਏਜ਼ ਕਿੰਨੀ ਆ 56 ਤੁਸੀਂ ਐਡੀ ਦੂਰੋਂ ਸਾਈਕਲ ਚਲਾ ਕੇ ਆਉਂ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ੍ਹ ਦੇ ਨੌਜਵਾਨਾਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਕੱਲ੍ਹ ਦੇ ਨੌਜਵਾਨ ਦੇ ਕੋਡੇ ਖੜਕ ਜਾਂਦੇ ਨੇ ਜੀ ਸਾਈਕਲ ਚਲਾਣਗੇ ਤੇ ਸਿਹਤ ਰਹਿਮੰਦ ਰਹਿਣਗੇ ਇਹੀ ਹੈ ਜੀ ਸਾਡੇ ਨਾਲ ਸਾਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਹਾਲ ਹੈ ਵਧੀਆ ਜੀ ਸਭ ਠੀਕ ਹੈ ਜੀ ਤੁਸੀਂ ਐਡੀ ਦੂਰੋਂ ਚੱਲ ਕੇ ਆਉਂ ਕੀ ਕਹਿਣਾ ਚਾਹੁੰਦੇ ਹੋ ਕਿਰਪਾ ਕਹਿਣਾ ਚਾਹੁੰਦੇ ਆ ਜੀ ਕਿ ਦਸਤਾਰ ਸੰਭਾਲੋ ਪੰਜਾਬੀ ਬੋਲੋ ਜੋ ਛੁੱਟਦੀ ਜਾ ਰਹੀ ਹੈ ਪੰਜਾਬ ਵਿੱਚ ਖਾਸ ਕਰ ਕੇਸ ਕਤਲ ਹੋ ਰਹੇ ਨੇ ਉਹ ਨਾ ਕਰਵਾਓ ਸਿੱਖੀ ਸੰਭਾਲੋ ਅਤੇ ਸਿਹਤ ਦਾ ਧਿਆਨ ਰੱਖੋ ਅੱਛਾ ਅੱਜ ਕੱਲ੍ਹ ਤਾਂ ਨੌਜਵਾਨ ਆ ਦਸਤਾਰ ਘੱਟ ਬੰਨਦੇ ਨੇ ਜਿਵੇਂ ਸਾਈਕਲ ਵੀ ਅੱਜ ਕੱਲ੍ਹ ਬਹੁਤ ਘੱਟ ਗਿਆ ਇਸ ਟਾਈਮ ਲੋਕਾਂ ਨੇ ਸਾਈਕਲ ਰੱਖੇ ਨੇ ਫੋਟੋ ਕਰਾ ਕੇ ਆਪਾਂ ਕੰਧ 'ਤੇ ਸਾਈਕਲ ਲਾ ਲੈਂਦੇ ਤੁਸੀਂ ਬਜ਼ੁਰਗ ਹੋ ਕੇ ਇੱਥੇ ਤੱਕ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਤੋਂ ਵਧੀਆ ਸਾਧਨ ਹੈਗਾ ਸਭ ਤੋਂ ਸਸਤਾ ਔਰ ਸਭ ਤੋਂ ਵਧੀਆ ਸਾਧਨ ਹੈ ਸਿਹਤ ਸੰਭਾਲਣ ਦਾ ਇਹ ਰੋਜ਼ ਕਰਨੀ ਚਾਹੀਦੀ ਹੈ ਸਾਡੇ ਸਾਰੇ ਗਰੁੱਪ ਦੇ ਮੈਂਬਰ ਸਭ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਰੋਜ਼ ਸਾਈਕਲ ਚਲਾਈਏ ਅਤੇ ਨਾਲੇ ਅਗਰ ਤੁਸੀਂ ਅਗਰ ਨਾਲ ਗਰੁੱਪ ਨਾਲ ਕਰਦੇ ਤਾਂ ਤੁਹਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਕਿਉਂਕਿ ਤੁਸੀਂ ਇਕੱਲੇ ਕਰੋਗੇ ਤਾਂ ਫਿਰ ਅਗਰ 3-4 ਬੰਦੇ ਹੋਣ ਗਰੁੱਪ ਬੰਦਾ ਛੋਟਾ ਜਿਹਾ ਤੁਹਾਨੂੰ ਬੜਾ ਅੱਛਾ ਲੱਗਦਾ ਨਾਲ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਚਾਰਟਰਡ ਅਕਾਊਂਟੈਂਟ ਹੈਗਾ ਵਾਂ ਮੇਰੀ ਆਪਣੀ ਪ੍ਰੈਕਟਿਸ ਹੈ ਹਾਂਜੀ ਅਤੇ ਮੈਂ ਸਾਈਕਲਿੰਗ ਤੋਂ 4-5 ਸਾਲ ਤੋਂ ਜੁੜਿਆ ਹੋਇਆ ਵਾਂ ਸਾਡਾ ਪਰਪਜ਼ ਹੈ ਫਿੱਟ ਰੱਖਣਾ ਫਿੱਟ ਰਹਿਣਾ ਹੋਰ ਲੋਕਾਂ ਨੂੰ ਸਾਈਕਲਿੰਗ ਦੇ ਨਾਲ ਜੋੜਨਾ ਤਾਂ ਕਿ ਲੋਕਾਂ ਨੂੰ ਲੱਗੇ ਕਿ ਸਾਈਕਲਿੰਗ ਨਾਲ ਕਿੰਨਾ ਫਿੱਟ ਰਿਹਾ ਜਾ ਸਕਦਾ ਹੈਗਾ ਅਤੇ ਸਾਈਕਲਿੰਗ ਨਾਲ ਅਸੀਂ ਇੱਕ ਹੋਰ ਸਭ ਤੋਂ ਬੜਾ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਸਾਈਕਲਿੰਗ 'ਤੇ ਜਾਂਦੇ ਹਾਂ ਅਤੇ ਨਵੀਂ ਨਵੀਂ ਜਗ੍ਹਾ ਦੇਖਦੇ ਹਾਂ ਉਹ ਨਵੀਂ ਜਗ੍ਹਾ ਦੇਖਣ ਦਾ ਨਜ਼ਰੀਆ ਹੀ ਅਲੱਗ ਹੁੰਦਾ ਹੈ ਜਦੋਂ ਅਸੀਂ ਸਾਈਕਲਿੰਗ 'ਤੇ ਜਾਂਦੇ ਹਾਂ ਐਸੀ ਜਗ੍ਹਾ ਅਸੀਂ ਡਿਫਰੈਂਟ ਜਗ੍ਹਾ ਦੇਖਦੇ ਹਾਂ ਅਤੇ ਸਾਡਾ ਦਿਲ ਬੜਾ ਖੁਸ਼ ਹੁੰਦਾ ਸਾਈਕਲਿੰਗ 'ਤੇ ਉਹ ਜਾ ਕੇ ਪਤਾ ਹੈਗਾ ਸਾਡੀ ਦਿੱਲੀ ਤੋਂ ਰਾਈਡ ਚੱਲੀ ਸੀਗੀ ਅਤੇ ਹੁਣ ਅਸੀਂ ਆ ਰਹੇ ਹਾਂ ਵਾਪਸ ਲੁਧਿਆਣਾ ਔਰ ਇਹ ਬੜੀ ਅੱਛੀ ਰਾਈਡ ਹੈ ਇਹ ਮਾਂ ਬੋਲੀ ਔਰ ਸਿੱਖੀ ਦੇ ਉੱਤੇ ਇਸ ਨੂੰ ਲੈ ਕੇ ਅਸੀਂ ਇਸ ਰਾਈਡ ਨੂੰ ਇੱਕ ਮੁੱਦਾ ਬਣਾ ਕੇ ਕਰ ਰਹੇ ਸੀ ਜੋ ਸਿੱਖੀ ਔਰ ਮਾਂ ਬੋਲੀ ਦੀ ਅੱਜ ਘਾਟ ਹੋ ਰਹੀ ਹੈ ਸਾਡੀ ਕੌਮ ਵਿੱਚ ਉਹਨੂੰ ਲੈ ਕੇ ਅਸੀਂ ਇਹ ਰਾਈਡ ਕੀਤੀ ਸੀ ਅਤੇ ਉਮੀਦ ਹੈ ਕਿ ਜਿਹੜੇ ਜਿਸ ਰਸਤੇ ਅਸੀਂ ਗਏ ਜਾਂ ਆਏ ਜਿਨ੍ਹਾਂ ਨੇ ਦੇਖਿਆ ਹੋਏਗਾ ਇਸ ਰਾਈਡ ਨੂੰ ਸ਼ਾਇਦ ਕੁਝ ਪ੍ਰੇਰਣਾ ਮਿਲੇ ਉਹਨਾਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਮੇਰਾ ਨਾਂ ਹੈ ਜੀ ਡਾਕਟਰ ਗੁਰਿੰਦਰ ਸਿੰਘ ਏਜ਼ ਕਿੰਨੀ ਹੈ ਤੁਹਾਡੀ ਮੇਰੀ ਉਮਰ ਹੈ ਜੀ 58 ਸਾਲ ਅੱਛਾ ਤੁਸੀਂ ਇੰਨੇ ਬਜ਼ੁਰਗ ਹੋ ਮਤਲਬ 58 ਸਾਲ ਤੁਹਾਡੀ ਏਜ਼ ਹੋ ਚੁੱਕੀ ਆ ਫਿਰ ਵੀ ਸਾਈਕਲ ਚਲਾ ਰਹੇ ਹੋ ਮੈਂ ਅੱਜ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਅੱਜ ਕੱਲ੍ਹ ਜਿਹੜਾ ਨੌਜਵਾਨ ਆ ਘਰੋਂ ਆਪਾਂ ਮੋਟਰਸਾਈਕਲ ਜਾਂ ਗੱਡੀ 'ਤੇ ਆਉਂਦੇ ਹਾਂ ਜਿਮ ਉਸ ਤੋਂ ਬਾਅਦ ਆਪਾਂ ਮਤਲਬ ਉੱਥੇ ਜਾ ਕੇ ਸਾਈਕਲ ਚਲਾਉਂਦੇ ਹਾਂ ਜਦਕਿ ਸਾਨੂੰ ਘਰੋਂ ਆਉਣਾ ਚਾਹੀਦਾ ਤੁਸੀਂ ਸਾਈਕਲ ਚਲਾਉਣ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਇਹ ਆ ਵੀ ਜਿਵੇਂ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਜੇ ਆਪਾਂ ਆਪਣਾ ਵਿਰਸਾ ਦੇਖੀਏ ਆਪਣੇ ਬਜ਼ੁਰਗ ਜਿਹੜੇ ਉਹ ਜਿਮ ਨਹੀਂ ਜਾਂਦੇ ਸੀਗੇ ਬਜ਼ੁਰਗ ਜਿਹੜੇ ਆ ਵਰਜਿਸ਼ ਘਰਾਂ 'ਚ ਕਰਦੇ ਸੀ ਕੰਮ ਆਪਣੇ ਆਪ ਕਰਦੇ ਸੀ ਔਰ ਫਿਜ਼ੀਕਲ ਵਰਕ ਜਿਹੜਾ ਸੀਗਾ ਉਹ ਜ਼ਿਆਦਾ ਸੀ ਹੁਣ ਜਿਹੜੀ ਫਾਸਟ ਲਾਈਫ ਹੈ ਉਹਦੇ 'ਚ ਬੱਚੇ ਜਿਹੜੇ ਆ ਉਹ ਫਿਜ਼ੀਕਲ ਵਰਕ ਜਿਹੜਾ ਨਾ ਉਹ ਸਿਰਫ ਉਹਨਾਂ ਨੂੰ ਲੱਗਦਾ ਵੀ ਜਿਮ ਜਾ ਕੇ ਜਿਹੜੀਆਂ ਅਸੀਂ ਮਸਲਸ ਬਣਾ ਲਈਏ ਬਾਡੀ ਬਣਾ ਲਈਏ ਅਤੇ ਫਿਟਨੈਸ ਹੈ ਮੈਨੂੰ ਨਹੀਂ ਲੱਗਦਾ ਵੀ ਸਿਰਫ ਫਿਟਨੈਸ ਜਿਹੜੀ ਹੈ ਉਹ ਜਿਮ 'ਚ ਬਣਦੀ ਹੈ ਜੇ ਆਪਾਂ ਇੰਡੀਅਨ ਆਰਮੀ ਨੂੰ ਦੇਖੀਏ ਤਾਂ ਉਹ ਜਿਮ 'ਚ ਘੱਟ ਪ੍ਰੈਕਟਿਸ ਕਰਦੇ ਗਰਾਊਂਡ 'ਚ ਜ਼ਿਆਦਾ ਕਰਦੇ ਆ
तो आ जी साडा जो मकसद है साइकिलिंग का वो यही दसना कि एनवायरमेंट जो साफ रहे पोल्यूशन आप लुधियाने का हाल देख रहे हैं जी गले साढ़े खराब होए पे है पोल्यूशन करके है ना ते जे वध तो वध बच्चों आप मोटीवेट कर सकीए कि भाई अपने जी तुसी साइकिल नू जा वॉकिंग नू तुसी अपनी जिंदगी का हिस्सा बनाओ तो समाज लिए भी चंगा साढ़े लिए भी चंगा पगड़ी समाज जट्टा सिखी समाज जट्टा वो जो मैसेज है ना जी जो सभ्याचार है पंजाबी सभ्याचार माँ बोली है साड़िया रौह रीत ने असी साडा धार्मिक विरसा है असी वो जो मोटिवेट जिद सरूप भी एक हिस्सा है जिद टर्बन जी है वह भी एक साडा पार्ट हैगी है पहचान है आइडेंटिटी है तो असी जो भी दिल्लियों चलने से गुरु महाराज के अगे अरदास करके कि असी किताबा च पिछले 25-26 साल तो मैं खालसा कॉलेज पढ़ा रहे हैं असी पंजाबी बच्चे ने जोड़ रहा मैं खुद जो पंजाबी लिटरेचर का प्रोफेसर है लेकिन मैं लगता भी सड़क पर जो आप निकलते हैं और जो एक ग्रुप के जो 35-40-50 बंदे इकट्ठे चलते हैं और एक यूनिफॉर्मिटी यूनिफॉर्म पाई है तो तुहानू लोग जिहड़े अट्रैक्ट होंदे है और पुछदे ने भी हाँ तुहाडा मकसद की है और साडा मकसद यही है कि असी पंजाबी सभ्याचार के रुख दीआं जड़ां नू मजबूत करिए और वो हूँ असी किताबी ज्ञान के नाल मैं लगता व्यवहारिक ज्ञान जोड़ा ना जो दिखता है वह भी जरूरी है। अच्छा अजक यूथ को की सुनेहा देना चाहते हो? अजक यूथ को यह सुनेहा भी अपने विरसे जुड़ो और जो असी विरसा और सभ्याचार की गल करते हैं तो वो सिर्फ साड़ी देख ही नहीं होंगी साडा पूरा रहन सहन होंगे साडा खान पान होंगे साडा जोड़ा वेशभूषा होंगी है साडे जोड़े संस्कार होंगे है और असी नवा कुछ नहीं दे रहे जो साडे कोल सानू बजुर्गों ने दिता सी असी चाहते भी तुसी उन्हों ही मेनटेन करो या संभाल लो तो बहुत वड्डी गल है। बजुर्ग साढ़े ना मौजूद ने काफ़ी मतलब सैकल चला के आए हैं कितों सैकल चला के असं दिल्ली तो चला के आए सारी टीम के नाल मैं भी चल रहा 60 के आस पास हाँ। अजक नौजवान की सुनेहा देना चाहते साडा तो यही है सेहत का ख्याल रखो तुम अपनी माँ बोली ना छोड़ो रब गुरु महाराज ने बहुत सोहनी दस्तार दी है वो अपना स्वरूप संभाल के रखो सेहत का ख्याल जरूर रखो। अज की जी यात्रा है दिल्ली तो वीर शुरू हुए ट्रिब्यूटर क्लब हैगा दिल्ली का इन्होंने पंजाब के आए ने दस्तार से सेहत की संभाल में लैके क्योंकि जो सेहत सही होएगी तो दस्तार भी ताई कैमरे होएगी तो सो दिल्ली तो वीर चल के पहली नाइट स्टे इन्होंने अंबाला साहब गुरुद्वारा मंजी साहब अंबाला साहब विखे स्टे की सी दूसरी रात गुरुद्वारे लुधियाने गुरुद्वारा नानकसर स्टे किया उस तो बाद गुरुद्वारा गुरु के बाग तो होंदे हुए मुक्तसर साहब गए उत्तों इन्हों जी प्रोग्राम से श्री दरबार साहब तरन तारण साहब तो दरबार साहब अमृतसर जाता है लेकिन हालात को मुख रखते हुए फिर इन्हों इधर वापस आना पाया हुण हुसैनीवाला बॉर्डर तो हो के तो वापस लुधियाने आए हैं तो यह पंजाब के इन आन का मकसद यही है भी इन्हों इतने दिल्ली बैठ के या दिल्ली तो बाहर के सिखों महसूस हो रहा है भी पंजाब तो बाहर सिखी फैल रही है पंजाब सुंगड़ रही है तो इन्हों दर्द आया यह दर्द को लैके सारे वीर ने प्लैनिंग की असं पंजाब चलीए क्योंकि पंजाब इन्हों का पेका घर है तो जिते सिखी का मेन शुरुआत मुढ़ पंजाब है तो पंजाब के सिखी को खतरा पैदा हो रहा है तो इन्होंने वीर ने प्लैनिंग की अज तुम आप देख रहे हो सारे सब सुरत वीर ने एक संदेश देने आए हैं पंजाब के नौजवानों भी तुम सिखी स्वरूप जाओ गुरु गुरु नानक के घर वापस आ जाओ तो ये सारे तुहाडे सामने ने लंबी यात्रा करके आए हैं अज इन्हों का अखीला दिन से इस तो बाद इन्होंने दिल्ली चले जाना जी यूथ को की सुनेहा देना चाहते हो? देखो असं यूनाइटेड सिख वालों है ये वीर दिल्ली तो उन्हें यूथ ने ही सुनेहा देना चाहते हैं भी साड़िया परंपरावां बड़िया महान ने गुरु साहब ने 300 साल के सफर के बहुत कुछ सिख कौम को दिता है तो असी उन्हों सिक्ख्यावान तो भुल गए तो यह समस्यावान जिहड़ियां पैदा हो रही ने वो गुरु घर तो टुटन करके ही पैदा हो रही हैं पंजाब दे विच किसी तो किसी कोई खतरा नहीं है बहुत गुरु साहब की फिलासफी इत्थे काम करती है बहुत विशाल गुरु साहब का संदेश ही साढ़े सारे वास्ते किरत करो ना जपो बन छको गुरु नानक साहब ने जो संदेश दिते ने किरत का भी संदेश दिता है भाईचारे का संदेश दिता है एकता का भी संदेश दिता असं जो उत्थों भटके हाँ तो मुड़ तो सू लोड़ है उन्होंने ही उपदेशों अमल करन दी तुसीं वेख्या काफ़ी मतलब सैकल चला के जिहड़े बजुर्ग ज़्यादातर इतने मौजूद सके सैकल चला के आए ने नौजवान भी सके आस करते हैं कि तुहानूं अज दा प्रोग्राम बड़ा वधिया लग्या होना मैनूं तो कैमरामैन नवनीत कुमार नूं दिओ इजाजत धन्नवाद।